ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਅਕਾਲੀ ਦਲ ਨੂੰ ਰੱਜ ਕੇ ਗੋਸਿਆ। ਉਹਨਾਂ ਕਿਹਾ ਕਿ ਅਕਾਲੀ ਆਪਣੇ ਗੁਨਾਹ ਛੁਪਾਉਣ ਦੇ ਲਈ ਰੌਲਾ ਪਾ ਰਹੇ ਨੇ। ਉਹਨਾਂ ਚੁਣੌਤੀ ਦਿੱਤੀ ਕਿ ਜੇ ਅਕਾਲੀ ਦਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਉਹਨਾਂ ਦਾ ਰਾਬਤਾ ਸਾਬਤ ਕਰ ਦੇਣ ਤਾਂ ਉਹ ਦੇਣਦਾਰ ਹੋਣਗੇ। ਤੁਹਾਨੂੰ ਚੁਣੌਤੀ ਆ ਕਿ ਤੁਸੀਂ ਸਾਬਤ ਕਰੋ ਤੱਥਾਂ ਦੇ ਆਧਾਰ ਤੇ ਕਿ ਇਹ ਰਿਪੋਰਟ ਅਸੀਂ ਕਿਸੇ ਤਰ੍ਹਾਂ ਲੀਕ ਕੀਤੀ ਆ। ਰਿਪੋਰਟ ਜਸਟਿਸ ਰਣਜੀਤ ਸਿੰਘ ਨੇ ਚੀਫ ਮਿਨਿਸਟਰ ਪੰਜਾਬ ਨੂੰ ਸੌਂਪੀ ਆ। ਚੀਫ ਮਿਨਿਸਟਰ ਨੂੰ ਪੁੱਛੋ ਕਿ ਉਹ ਲੀਕ ਕਿੱਥੋਂ ਹੋਈ ਆ। ਅਗਰ ਉਹਦੇ ਵਿੱਚ ਅਸੀਂ ਦੋਸ਼ੀ ਆਏ, ਅਗਰ ਇਹ ਤੱਥ ਪੇਸ਼ ਕਰਦੇ ਨੇ ਤਾਂ ਮੈਂ ਜੋ ਦੇਣ ਜੋ ਕਹਿਣਗੇ ਉਹ ਦੇਣ ਨੂੰ ਤਿਆਰ ਆ, ਪਰੰਤੂ ਝੂਠੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਾ ਅਪਮਾਨ ਕਰਾਉਣ ਵਿੱਚ ਸਹਾਈ ਹੋਏ ਹਾਂ। ਉਹਨਾਂ ਨੂੰ ਪਤਾ ਕਿ ਦੋ ਸਿੱਖ ਨੌਜਵਾਨ ਜਿਹੜੇ ਮਾਰੇ ਗਏ ਸੀਗੇ ਉਹਨਾਂ ਦੇ ਕਾਤਲਾਂ ਦੇ ਉਹਨਾਂ ਦੇ ਦੋਸ਼ੀਆਂ ਨੂੰ ਅਸੀਂ ਨਹੀਂ ਫੜਿਆ, ਪੁਲਿਸ ਵਾਲਿਆਂ ਨੂੰ ਬਚਾਇਆ ਵਾ। ਇਸ ਲਈ ਜਦੋਂ ਕਹਿੰਦੇ ਆ ਕਿ ਚੋਰ ਹੁੰਦਾ ਨਾ ਜਿਹੜਾ ਉਹ ਫਿਰ ਸਿਰ ਕੋਠੇ 'ਤੇ ਚੜ੍ਹ ਕੇ ਸ਼ੋਰ ਮਚਾਉਂਦਾ ਵਾ, ਇਸ ਲਈ ਇਹ ਸ਼ੋਰ ਹੈ ਉਹਨਾਂ ਦਾ। ਇਸ ਸਦਨ ਦੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਖਿਲਾਫ ਧਾਰਾ 302 ਜਿਹੜੀ ਬਾਜਾ ਖਾਨਾ ਦੀ FIR ਆ ਉਹਦੇ ਵਿੱਚ ਇਹਨਾਂ 3-4 ਵਿਅਕਤੀਆਂ ਦੇ ਨਾਮਜ਼ਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਹੋਣਾ ਚਾਹੀਦਾ। ਔਰ ਮੇਰੀ ਲੋਕਾਂ ਨੂੰ ਅਪੀਲ ਹੈ, ਆਹ ਦੇਖ ਲਓ ਤੁਹਾਡੇ ਪੰਥਕ ਆਗੂ ਜਿਨ੍ਹਾਂ ਨੇ ਪੰਥ ਦੀ ਸਰਕਾਰ ਬਣਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। 25 ਸਾਲ ਸਿੱਖ ਨੌਜਵਾਨ ਜਿਹੜੇ ਮਾਰੇ ਗਏ ਉਹਨਾਂ ਦੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ FIR ਨਾਮਜ਼ਦ ਨਹੀਂ ਕੀਤੀ, ਅਣਪਛਾਤੀ ਰੱਖੀ, ਪੁਲਿਸ ਵਾਲਿਆਂ ਨੂੰ ਬਚਾਇਆ।